ਇੱਕ ਸ਼ਖਸ ਦੇ ਵੱਲੋਂ ਆਪਣੀ ਮਾਂ, ਭਾਬੀ ਅਤੇ ਭਤੀਜੇ ਦਾ ਹੀ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਕਤਲ ਕਰਨ ਤੋਂ ਬਾਅਦ ਉਹ ਸ਼ਖਸ ਖੁਦ ਹੀ ਥਾਣੇ ਦੇ ਵਿੱਚ ਪਹੁੰਚਿਆ, ਜਿੱਥੇ ਜਾ ਕੇ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤਾਂ ਦੱਸ ਦਈਏ ਕਿ ਵੱਡੀ ਖਬਰ ਹੈ, ਜਿੱਥੇ ਇੱਕ ਸ਼ਖਸ ਦੇ ਵੱਲੋਂ ਬੇਰਹਿਮੀ ਦੇ ਨਾਲ ਆਪਣੇ ਭਤੀਜੇ, ਭਾਬੀ ਅਤੇ ਮਾਂ ਦਾ ਕਤਲ ਕਰ ਦਿੱਤਾ ਹੈ, ਜਿਸ ਦੀ ਮੌਤ ਹੋਈ ਹੈ। ਭਤੀਜੇ ਦੀ ਉਸਦੀ ਉਮਰ ਮਹਿਜ਼ 2.5 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਨਸ਼ੇ ਦਾ ਆਦੀ ਹੀ ਇਹ ਸ਼ਖਸ ਦੱਸਿਆ ਜਾ ਰਿਹਾ ਹੈ। ਤੇ ਜੋ ਸ਼ਖਸ ਦਾ ਭਰਾ ਹੈ ਉਹ ਦੁਬਈ ਦੇ ਵਿੱਚ ਰਹਿੰਦਾ ਹੈ ਤੇ ਉਸਨੇ ਬੀਤੇ ਦਿਨਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਸ਼ਖਸ ਦੇ ਵੱਲੋਂ ਬੇਰਹਿਮੀ ਦੇ ਨਾਲ ਆਪਣੀ ਮਾਂ, ਭਤੀਜੇ ਅਤੇ ਭਾਬੀ ਦਾ ਕਤਲ ਕਰ ਦਿੱਤਾ ਹੈ। ਬੜੀ ਹੀ ਮੰਦਭਾਗੀ ਪੂਰੀ ਇਹ ਘਟਨਾ, ਔਰ ਮੌਕੇ 'ਤੇ ਇਸ ਵੇਲੇ ਪੁਲਿਸ ਵੀ ਪਹੁੰਚੀ ਹੋਈ ਹੈ, ਫੋਰੈਂਸਿਕ ਟੀਮ ਜਿਹੜੀ ਹੈ ਉਹ ਜਾਂਚ ਦੇ ਲਈ ਪਹੁੰਚੀ ਹੋਈ ਹੈ, ਔਰ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ। ਇਸ ਵੇਲੇ ਅਸੀਂ ਉਸ ਪਿੰਡ ਦੇ ਵਿੱਚ ਉਸੇ ਘਰ ਦੇ ਬਾਹਰ ਮੌਜੂਦ ਹਾਂ। ਤੁਸੀਂ ਦੇਖ ਸਕਦੇ ਕਿ ਜਿਹੜੀ ਫੋਰੈਂਸਿਕ ਟੀਮ ਹੈ ਉਹਨਾਂ ਵੱਲੋਂ ਵੀ ਆ ਕੇ ਇੱਥੇ ਜਾਂਚ ਜਿਹੜੀ ਹੈ ਉਹ ਕੀਤੀ ਗਈ। ਇਸ ਤੋਂ ਇਲਾਵਾ ਇਲਾਕੇ ਦੇ ਜਿਹੜੇ DSP ਨੇ ਉਹ ਪਹੁੰਚੇ ਹੋਏ ਨੇ। ਤਾਂ ਇਸ ਵੇਲੇ ਜਿਹੜੀਆਂ ਡੈੱਡ ਬੋਡੀਜ਼ ਨੇ ਹੁਣ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਲਿਜਾਇਆ ਜਾਏਗਾ। ਔਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਹੜਾ 2.5 ਸਾਲ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ, 2 ਦਿਨ ਪਹਿਲਾਂ ਹੀ ਉਸਨੂੰ ਸਕੂਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਔਰ ਕੱਲ੍ਹ ਰਾਤ ਇੱਕ ਅਸੀਂ ਕਹਿ ਸਕਦੇ ਕਿ ਬੜੇ ਵੈਸ਼ੀਆਨਾ ਤਰੀਕੇ ਦੇ ਨਾਲ ਤਿੰਨਾਂ ਲੋਕਾਂ ਦਾ ਜਿਹੜਾ ਪਰਿਵਾਰਕ ਜੀ ਸੀ, ਇਸ ਵੇਲੇ ਤੁਸੀਂ ਦੇਖੋ ਕਿ ਡੈੱਡ ਬੋਡੀਜ਼ ਜਿਹੜੀਆਂ ਨੇ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਲਿਜਾਇਆ ਜਾ ਰਿਹਾ। ਤਾਂ ਹਰ ਕੋਈ ਜਿਸ ਕੋਲ ਵੀ ਇਹ ਜਾਣਕਾਰੀ ਪਹੁੰਚਦੀ ਹੈ ਤਾਂ ਹਰ ਕੋਈ ਇੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਿਹਾ ਹੈ। ਔਰ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਪੂਰਾ ਪਰਿਵਾਰ ਇਕੱਠਾ ਬੜੇ ਪਿਆਰ ਦੇ ਨਾਲ ਰਹਿੰਦਾ ਸੀ, ਪਰ ਆਖਿਰਕਾਰ ਰਾਤ ਨੂੰ ਕੀ ਐਸੀ ਵਜ੍ਹਾ ਬਣੀ ਕਿ ਇੱਕ ਸ਼ਖਸ ਵੱਲੋਂ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਇਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਔਰ ਹਰ ਕੋਈ ਹੈਰਾਨ ਇਸ ਲਈ ਵੀ ਹੋ ਰਿਹਾ ਕਿ ਜਿੱਥੇ ਆਪਣੀ ਮਾਂ ਅਤੇ ਭਾਬੀ ਦਾ ਕਤਲ ਕੀਤਾ ਉਸਦੇ ਨਾਲ ਹੀ ਛੋਟਾ ਬੱਚਾ ਜਿਹੜਾ ਇੱਕ ਮਾਸੂਮ ਇਸ ਪਰਿਵਾਰ ਦਾ ਬੱਚਾ ਸੀ। ਹਾਲਾਂਕਿ DSP ਜਿਹੜੇ ਪਹੁੰਚੇ ਨੇ ਮੌਕੇ 'ਤੇ ਉਹਨਾਂ ਦੇ ਨਾਲ ਜੋ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਖੁਦ ਅੰਮ੍ਰਿਤਪਾਲ ਜੋ ਹੈ ਉਹ ਕਤਲ ਕਰਨ ਤੋਂ ਬਾਅਦ ਥਾਣੇ ਪਹੁੰਚਦਾ ਹੈ, ਔਰ ਥਾਣੇ ਦੇ ਵਿੱਚ ਆ ਕੇ ਜਿਹੜੀ ਵਜ੍ਹਾ ਉਸ ਵੱਲੋਂ ਦੱਸੀ ਜਾਂਦੀ ਹੈ ਕਿ ਪਰਿਵਾਰਕ ਕਲੇਸ਼ ਦੱਸਿਆ ਜਾ ਰਿਹਾ। ਹਾਲਾਂਕਿ ਜਾਂਚ ਕੀਤੀ ਜਾ ਰਹੀ ਹੈ, ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਉਸ ਵੱਲੋਂ ਕੀਤਾ ਜਾਂਦਾ ਸੀ, ਕਿਉਂਕਿ ਇਹ ਗੱਲ ਪਹਿਲਾਂ ਸਾਹਮਣੇ ਜ਼ਰੂਰ ਆਈ ਸੀ ਕਿ ਨਸ਼ੇ ਦੇ ਕਰਕੇ ਇਹ ਜਿਹੜੇ ਕਤਲ ਨੇ ਉਹ ਕੀਤੇ ਗਏ। ਇਸ ਵੇਲੇ ਪਰਿਵਾਰ ਪੂਰਾ ਦੁੱਖ ਦੇ ਵਿੱਚ ਡੁੱਬਿਆ ਹੋਇਆ, ਹਰ ਕੋਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਿਹਾ ਹੈ। ਹੋਰ ਇਲਾਕੇ ਦੇ ਵਿੱਚ ਜਿਸ ਕੋਲ ਵੀ ਇਹ ਜਾਣਕਾਰੀ ਪਹੁੰਚਦੀ ਹੈ ਤਾਂ ਇੱਕ ਵਾਰ ਪੈਰਾਂ ਹੇਠੋਂ ਜ਼ਮੀਨ ਜ਼ਰੂਰ ਖਿਸਕਦੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰਕ ਮੈਂਬਰ ਵੱਲੋਂ ਹੀ ਆਪਣੇ ਪਰਿਵਾਰ ਦੇ 3 ਜੀਆਂ ਦਾ ਬੇਰਹਿਮੀ ਦੇ ਨਾਲ ਜਿਹੜਾ ਕਤਲ ਹੈ ਉਹ ਕਰ ਦਿੱਤਾ ਗਿਆ। ਔਰ ਤੇਜ਼ ਧਾਰ ਹਥਿਆਰ ਦੇ ਨਾਲ ਜੋ ਜਾਣਕਾਰੀ ਪੁਲਿਸ ਨੇ ਸਾਂਝੀ ਕੀਤੀ ਹੈ ਕਿ ਦਾਤਰ ਦੇ ਨਾਲ ਇਹ ਤਿੰਨੇ ਜਿਹੜੇ ਕਤਲ ਨੇ ਉਹ ਕੀਤੇ ਗਏ। ਤਾਂ ਹੋਰ ਵੀ ਇੱਥੇ ਜਿਹੜੇ ਅਧਿਕਾਰੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਪਰ ਜੋ ਇਲਾਕੇ ਦੇ DSP ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਹੈ ਉਹ ਕੁਝ ਸਮੇਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ, 2 ਉਸਦੀਆਂ ਧੀਆਂ ਨੇ, ਔਰ ਇਸੇ ਗੱਲ ਨੂੰ ਲੈ ਕੇ ਹੋ ਸਕਦਾ ਕਿ ਕੋਈ ਘਰ ਦੇ ਵਿੱਚ ਕਲੇਸ਼ ਰਹਿੰਦਾ ਹੋਵੇ। ਪਰ ਆਖਿਰਕਾਰ ਇਹ ਕਿਉਂ ਵਜ੍ਹਾ ਬਣੀ ਕਿ ਪਰਿਵਾਰ ਦੇ 3 ਜੀਆਂ ਦਾ ਕਤਲ ਤੱਕ ਜੋ ਹੈ ਉਹ ਕਰ ਦਿੱਤਾ ਗਿਆ, ਔਰ ਮਾਸੂਮ ਬੱਚੇ ਨੂੰ ਵੀ ਨਹੀਂ ਬਖਸ਼ਿਆ ਗਿਆ, ਔਰ ਪਰਿਵਾਰ ਦੇ ਆਪਣੇ ਮੈਂਬਰ ਵੱਲੋਂ ਜਦੋਂ ਇਹ ਸਭ ਕੁਝ ਕੀਤਾ ਜਾਵੇ ਤਾਂ ਬੜੀ ਹੈਰਾਨੀ ਵੀ ਹੁੰਦੀ ਹੈ, ਔਰ ਹਰ ਕੋਈ ਇਸ ਗੱਲ ਨੂੰ ਲੈ ਕੇ ਦੁਖੀ ਵੀ ਹੈ ਕਿ ਆਖਿਰਕਾਰ ਕੀ ਐਸੀ ਵਜ੍ਹਾ ਬਣੀ। ਪਰ ਪੁਲਿਸ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਫੋਰੈਂਸਿਕ ਟੀਮ ਜਿਹੜੀ ਹੈ ਉਹ ਮੌਕੇ 'ਤੇ ਪਹੁੰਚੀ ਹੋਈ ਹੈ, ਔਰ ਅੰਮ੍ਰਿਤਪਾਲ ਜੋ ਕਿ ਕਤਲ ਕਰਨ ਤੋਂ ਬਾਅਦ ਖੁਦ ਪੁਲਿਸ ਸਟੇਸ਼ਨ ਪਹੁੰਚਦਾ ਹੈ, ਆਖਿਰਕਾਰ ਉਸਦੇ ਮਨ ਦੇ ਵਿੱਚ ਉਸ ਵੇਲੇ ਕੀ ਚੱਲ ਰਿਹਾ ਸੀ ਕਿ ਉਸਨੇ ਇੰਨਾ ਵੱਡਾ ਜਿਹੜਾ ਫੈਸਲਾ ਲੈ ਲਿਆ ਕਿ ਆਪਣੇ ਪਰਿਵਾਰ ਦੇ 3 ਜੀ, ਆਪਣੀ ਮਾਂ, ਆਪਣੀ ਭਾਬੀ ਔਰ ਇੱਕ ਛੋਟਾ ਬੱਚਾ ਜੋ ਕਿ ਪੂਰੇ
ਪਰਿਵਾਰ ਦਾ ਇੱਕ ਅਸੀਂ ਕਹਿ ਸਕਦੇ ਕਿ ਉਸਦੇ ਨਾਲ ਪਿਆਰ ਵੀ ਸੀ ਔਰ ਪੁਲਿਸ ਦੇ ਮੁਤਾਬਕ ਪੂਰਾ ਪਰਿਵਾਰ ਬੜੇ ਵਧੀਆ ਢੰਗ ਦੇ ਨਾਲ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ। ਪਰ ਕੱਲ੍ਹ ਕੀ ਵਜ੍ਹਾ ਬਣੀ, ਕਿਉਂਕਿ ਪਹਿਲਾਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਸ਼ਾਇਦ ਨਸ਼ੇ ਕਰਕੇ ਉਸ ਵੱਲੋਂ ਇਹ ਕਤਲ ਕੀਤਾ ਗਿਆ, ਪਰ ਹੁਣ ਪੁਲਿਸ ਦੇ ਮੁਤਾਬਕ ਉਹਨਾਂ ਦਾ ਕਹਿਣਾ ਕਿ ਨਸ਼ੇ ਵਾਲਾ ਐਂਗਲ ਜਿਹੜਾ ਉਸਦੇ ਉੱਤੇ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ। ਹੋਰ ਜਿਹੜੇ ਪਿੰਡ ਦੇ ਮੋਹਤਬਰ ਨੇ ਉਹਨਾਂ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸਰ ਕਦੋਂ ਇਹ ਸਾਰਾ ਪਤਾ ਲੱਗਾ ਔਰ ਹੁਣ ਤੱਕ ਕੋਈ ਵਜ੍ਹਾ ਸਾਫ਼ ਹੋਈ ਕਿ ਕਿਉਂ ਉਸ ਵੱਲੋਂ ਇਹ ਕਤਲ ਕੀਤੇ ਗਏ? ਕੋਈ ਨਹੀਂ ਪਤਾ ਜੀ, ਅਜੇ ਕੋਈ ਪਤਾ ਨਹੀਂ ਲੱਗਾ, ਉਹ ਹੀ ਦੱਸੂਗਾ ਜਿਹਨੇ ਇਹ ਕੰਮ ਕੀਤਾ। ਸਾਡੇ ਪਿੰਡ ਵਾਸਤੇ ਤਾਂ ਬਹੁਤ ਮਾੜਾ ਕੰਮ ਹੋਇਆ ਜੀ। ਤੇ ਪੂਰਾ ਪਰਿਵਾਰ ਪਹਿਲਾਂ ਪਿਆਰ ਦੇ ਨਾਲ ਰਹਿੰਦਾ? ਪਿਆਰ 'ਚ ਰਹਿੰਦਾ ਸੀ, ਕੋਈ ਗੱਲਬਾਤ ਨਹੀਂ, ਆਂਢ ਗੁਆਂਢ ਨਹੀਂ ਕਿਸੇ ਨੂੰ ਪਤਾ, ਤੇ ਗੁਆਂਢ ਗੁਆਂਢ ਨਹੀਂ ਕਿਸੇ ਨੂੰ ਪਤਾ ਵੀ ਇਹ ਲੜਦੇ ਆ। ਇਸ ਬਾਰੇ ਹਾਲੇ ਤੱਕ ਪੁਲਿਸ ਜਦੋਂ ਜਾਂਚ ਕਰੇਗੀ, ਪੁੱਛਗਿੱਛ ਉਸ ਕੋਲੋਂ ਵੀ ਕੀਤੀ ਜਾਏਗੀ, ਪਰ DSP ਦੇ ਮੁਤਾਬਕ ਉਸਦੀ ਜਿਹੜੀ ਪਤਨੀ ਹੈ ਉਹ ਪੇਕੇ ਘਰ ਦੇ ਵਿੱਚ ਚਲੀ ਗਈ ਸੀ ਛੱਡ ਕੇ, ਕਿਉਂਕਿ ਪਰਿਵਾਰ ਦੇ ਵਿੱਚ ਉਸ ਦੀਆਂ ਜਿਹੜੀਆਂ ਦੋ ਧੀਆਂ ਦੱਸੀਆਂ ਜਾ ਰਹੀਆਂ ਨੇ। ਤਾਂ ਕੱਲ੍ਹ ਰਾਤ ਵੇਲੇ ਜਦੋਂ ਇੱਕ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਸ ਵੇਲੇ ਪਰਿਵਾਰ ਦੇ ਇਹੀ ਮੈਂਬਰ ਘਰ ਦੇ ਵਿੱਚ ਮੌਜੂਦ ਸੀ ਔਰ ਰਾਤ ਨੂੰ ਜਦੋਂ ਇਹ ਕਤਲ ਕਰ ਦਿੱਤੇ ਜਾਂਦੇ ਨੇ, ਉਸ ਤੋਂ ਬਾਅਦ ਅੰਮ੍ਰਿਤਪਾਲ ਖੁਦ ਥਾਣੇ ਦੇ ਵਿੱਚ ਜਾ ਕੇ ਆਪਣਾ ਜਿਹੜਾ ਇਹ ਜੁਰਮ ਹੈ ਉਸ ਨੂੰ ਕਬੂਲ ਕਰਦਾ। ਤਾਂ ਕਿਉਂ ਇਹ ਸਾਰੇ ਹਾਲਾਤ ਬਣੇ, ਇਹੀ ਸਭ ਤੋਂ ਵੱਡੀ ਹੈਰਾਨ ਕਰਨ ਵਾਲੀ ਗੱਲ ਹੈ। ਹੁਣ ਇਸ ਨੂੰ ਲੈ ਕੇ ਪੁਲਿਸ ਵੱਲੋਂ ਥੋੜ੍ਹੀ ਦੇਰ ਬਾਅਦ ਕੋਈ ਵੱਡਾ ਖੁਲਾਸਾ ਕੀਤਾ ਜਾ ਸਕਦਾ, ਕਿਉਂਕਿ ਇਸ ਵੇਲੇ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ, ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਤਾਂ ਉਸਦੇ ਕੋਲੋਂ, ਕਿਉਂਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹ ਡਿਪਰੈਸ਼ਨ ਦੇ ਵਿੱਚ ਸੀ, ਇਸ ਚੀਜ਼ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ ਕਿ ਉਸਦੀ ਜਿਹੜੀ ਪਤਨੀ ਹੈ ਉਹ, ਕਿਉਂਕਿ ਦੋ ਧੀਆਂ ਘਰ ਦੇ ਵਿੱਚ ਸੀ ਔਰ ਇੱਕੋ ਇੱਕ ਜਿਹੜਾ, ਕਿਉਂਕਿ ਉਸਦੇ ਭਰਾ ਦਾ ਜਿਹੜਾ ਬੱਚਾ ਸੀ ਤਾਂ ਇੱਕੋ ਲੜਕਾ ਜਿਹੜਾ ਛੋਟਾ ਉਹ ਪਰਿਵਾਰ ਦੇ ਵਿੱਚ ਸੀ, ਜਦਕਿ ਦੋ ਧੀਆਂ ਸੀ। ਤਾਂ ਇਹ ਵੀ ਐਂਗਲ ਇੱਕ ਦੇਖਿਆ ਜਾ ਰਿਹਾ, ਪਰ ਬੜੀ ਮੰਦਭਾਗੀ ਗੱਲ ਹੈ ਕਿ ਜੇਕਰ ਇਸ ਵਜ੍ਹਾ ਕਰਕੇ ਵੀ ਇਹ ਸਭ ਕੁਝ ਕੀਤਾ ਗਿਆ ਤਾਂ ਇੱਕ ਛੋਟੇ ਮਾਸੂਮ ਦਾ ਜਾਂ ਦੋ ਜਿਹੜੀਆਂ ਮਹਿਲਾਵਾਂ ਨੇ ਔਰ ਖੁਦ ਆਪਣੀ ਮਾਂ ਦਾ ਕਤਲ ਕਰ ਦੇਣਾ, ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ ਔਰ ਰਿਸ਼ਤਿਆਂ ਨੂੰ ਕਿਤੇ ਨਾ ਕਿਤੇ ਤਾਰ ਤਾਰ ਕਰਨ ਵਾਲੀ ਇਹ ਪੂਰੀ ਖਬਰ ਹੈ। ਔਰ ਦੇਸ਼ ਭਰ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ, ਕਿਉਂਕਿ ਡਿਜੀਟਲ ਯੁੱਗ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤਾਂ ਜਿਹਦੇ ਕੋਲ ਵੀ ਇਹ ਜਾਣਕਾਰੀ ਪਹੁੰਚਦੀ ਹੈ ਤਾਂ ਇੱਕ ਵਾਰ ਹਰ ਕੋਈ ਹੈਰਾਨ ਜ਼ਰੂਰ ਹੁੰਦਾ। ਪਰ ਪਿੰਡ ਦੇ ਵਿੱਚ ਇਸ ਵੇਲੇ ਸੋਗ ਦਾ ਮਾਹੌਲ ਹੈ, ਹਰ ਕੋਈ ਗਮ ਦੇ ਵਿੱਚ ਡੁੱਬਿਆ ਹੋਇਆ ਹੈ। ਤਾਂ ਪਰਿਵਾਰਕ ਮੈਂਬਰ ਜਿਹੜੇ ਤੁਸੀਂ ਦੇਖ ਸਕਦੇ ਕਿ ਲਗਾਤਾਰ ਹਰ ਕੋਈ ਜਦੋਂ ਜਿਸ ਨੂੰ ਵੀ ਇਹ ਜਾਣਕਾਰੀ ਮਿਲੀ ਤਾਂ ਹਰ ਕੋਈ ਹੈਰਾਨ ਹੋ ਕੇ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਿਹਾ। ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਹਰ ਕੋਈ ਗਮ ਦੇ ਵਿੱਚ ਡੁੱਬਿਆ ਹੋਇਆ ਔਰ ਹਰ ਕੋਈ ਇਹ ਸੋਚਣ 'ਤੇ ਮਜਬੂਰ ਹੈ ਕਿ ਆਖਿਰਕਾਰ ਜਿਹੜਾ ਪਰਿਵਾਰ ਬੜੇ ਪਿਆਰ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਇੱਥੇ ਰਹਿੰਦਾ ਸੀ, ਆਖਿਰਕਾਰ ਉਸ ਦੇ ਉੱਤੇ ਐਸੇ ਹਾਲਾਤ ਕਿਉਂ ਬਣੇ ਕਿ ਇੱਕ ਛੋਟੇ ਮਾਸੂਮ ਬੱਚੇ ਦਾ ਵੀ ਜੋ ਹੈ ਕਤਲ ਕਰ ਦਿੱਤਾ ਗਿਆ। ਤਾਂ ਇਸ ਵੇਲੇ ਕਿਉਂਕਿ ਪੁਲਿਸ ਦੀ ਟੀਮ ਜਿਹੜੀ ਇੱਥੇ ਪਹੁੰਚੀ ਹੋਈ ਸੀ, ਕੁਝ ਦੇਰ ਪਹਿਲਾਂ ਫੋਰੈਂਸਿਕ ਟੀਮ ਵੱਲੋਂ ਜਿਹੜੇ ਸੈਂਪਲਸ ਨੇ ਉਹ ਕਲੈਕਟ ਕੀਤੇ ਗਏ, ਉਸ ਤੋਂ ਬਾਅਦ ਜਿਹੜੀਆਂ ਡੈੱਡ ਬੋਡੀਜ਼ ਨੇ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ। ਤਾਂ ਹੁਣ ਜਾਂਚ ਤੋਂ ਬਾਅਦ ਸਪਸ਼ਟ ਹੋਏਗਾ ਕਿ ਆਖਿਰਕਾਰ ਕੀ ਐਸੀ ਵਜ੍ਹਾ ਸੀ ਜਿਸ ਕਰਕੇ ਦੋ ਮਹਿਲਾਵਾਂ ਔਰ ਇੱਕ ਮਾਸੂਮ ਬੱਚੇ ਦਾ ਬੇਰਹਿਮੀ ਦੇ ਨਾਲ ਉਸ ਵੱਲੋਂ ਕਤਲ ਕੀਤਾ ਗਿਆ। ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ, ਪਰ ਜਿਸ ਤਰ੍ਹਾਂ ਪੁਲਿਸ ਨੇ ਵੀ ਇਹ ਗੱਲ ਦੱਸੀ ਕਿ ਅੰਮ੍ਰਿਤਪਾਲ ਸਿੰਘ ਜਿਸ ਦੀ ਉਮਰ 37 ਸਾਲ ਦੱਸੀ ਜਾ ਰਹੀ ਹੈ ਔਰ ਪਰਿਵਾਰ ਬੜੇ ਪਿਆਰ ਦੇ ਨਾਲ ਰਹਿੰਦਾ ਸੀ, ਕਿਉਂਕਿ ਜੁਆਇੰਟ ਫੈਮਿਲੀ ਹੈ ਔਰ ਇਹੀ ਉਹ ਘਰ ਹੈ ਜਿੱਥੇ ਪੂਰਾ ਪਰਿਵਾਰ ਕਈ ਸਾਲਾਂ ਤੋਂ ਰਹਿ ਰਿਹਾ ਸੀ। ਪਰ ਕੱਲ੍ਹ ਆਖਿਰਕਾਰ, ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਜਾਂ ਕੋਈ ਵਿਵਾਦ ਜਿਹੜਾ ਹੁਣ ਤੱਕ ਸਾਹਮਣੇ ਨਹੀਂ ਆਇਆ ਜਿਸ ਨੂੰ ਲੈ ਕੇ ਕਿ ਇਹ ਕਿਹਾ ਜਾ ਸਕੇ ਕਿ ਇਹ ਵਜ੍ਹਾ ਹੋ ਸਕਦੀ ਹੈ। ਇਸ ਕਰਕੇ ਤਾਂ ਹੀ ਸਭ ਤੋਂ ਵੱਧ ਹੈਰਾਨੀ ਜਿਹੜੀ ਹੈ ਉਹ ਹੋ ਰਹੀ ਹੈ ਕਿ ਆਖਿਰਕਾਰ ਜਿਹੜਾ ਪਰਿਵਾਰ ਖੁਸ਼ੀਆਂ ਦੇ ਨਾਲ ਇੱਥੇ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ, ਉਹਨੂੰ ਆਖਿਰਕਾਰ ਕਿਸ ਦੀ ਨਜ਼ਰ ਲੱਗੀ ਕਿ ਆਪਣੇ ਹੀ ਪਰਿਵਾਰ ਦਾ ਜਿਹੜਾ ਜੀ ਹੈ
ਉਹ ਉਹਨਾਂ ਦੇ ਲਈ ਇਸ ਤਰੀਕੇ ਦੇ ਨਾਲ ਇੱਕ ਕਾਤਲ ਜੋ ਬਣਿਆ ਤਾਂ ਹੁਣ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ। ਅੰਮ੍ਰਿਤਪਾਲ ਸਿੰਘ ਦੇ ਕੋਲੋਂ ਲਗਾਤਾਰ ਪੁੱਛਗਿੱਛ ਜਿਹੜੀ ਜੀ ਕੀਤੀ ਜਾ ਰਹੀ ਹੈ, ਪਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਹ ਕਾਫੀ ਦੇਰ ਤੋਂ ਪਰੇਸ਼ਾਨ ਚੱਲ ਰਿਹਾ ਸੀ। ਜਿਸ ਤਰ੍ਹਾਂ ਪਰਿਵਾਰਕ ਜਿਹੜਾ ਇੱਕ ਐਂਗਲ ਸਾਹਮਣੇ ਆਇਆ ਕਿ ਉਸਦੀ ਪਤਨੀ ਜਿਹੜੀ ਆ ਉਹ ਆਪਣੇ ਪੇਕੇ ਘਰ ਦੇ ਵਿੱਚ ਚਲੀ ਗਈ ਸੀ, ਪਰਿਵਾਰ ਦੇ ਵਿੱਚ ਦੋ ਧੀਆਂ ਸੀ, ਤਾਂ ਇਸ ਕਰਕੇ ਬੜਾ ਹੈਰਾਨ ਕਰਨ ਵਾਲੀ ਗੱਲ ਆ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਪਰਿਵਾਰ ਇਸ ਵੇਲੇ ਦੁੱਖ ਦੇ ਵਿੱਚ ਡੁੱਬਿਆ ਹੋਇਆ ਹੈ, ਤਾਂ ਪਰਿਵਾਰਕ ਜਿਹੜੇ ਮੈਂਬਰ ਨੇ ਉਹ ਇਸ ਵੇਲੇ ਇਸ ਚੀਜ਼ ਨੂੰ ਲੈ ਕੇ ਹੀ ਹੈਰਾਨ ਨੇ ਕਿ ਆਖਿਰਕਾਰ ਕੀ ਐਸੀ ਵਜ੍ਹਾ ਬਣੀ ਜਿਸ ਤੋਂ ਬਾਅਦ ਤੁਸੀਂ ਦੇਖੋ ਕਿ ਹਰ ਕੋਈ ਜੋ ਹੈ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਿਹਾ ਹੈ, ਰੋ ਰੋ ਕੇ, ਬੁਰਾ ਹਾਲ ਹੈ ਸਾਰਿਆਂ ਦਾ। ਪਰ ਹੈਰਾਨੀ ਇਸੇ ਗੱਲ ਕਰਕੇ ਹੋ ਰਹੀ ਹੈ ਕਿ ਆਖਿਰਕਾਰ ਐਸੀ ਕੀ ਵਜ੍ਹਾ ਬਣੀ ਕਿ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਦਾ ਜੋ ਹੈ ਕਤਲ ਕਰ ਦਿੱਤਾ ਗਿਆ। ਤਾਂ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਕਿਸ ਤਰੀਕੇ ਦਾ ਉਸਦਾ ਸੁਭਾਅ ਸੀ। ਜਦੋਂ ਪਿੰਡ ਦੇ ਵਿੱਚ ਪਹਿਲਾਂ ਰਹਿੰਦਾ ਸੀ ਤਾਂ ਕਦੇ ਪਹਿਲਾਂ ਪਿੰਡ ਵਾਲਿਆਂ ਨੂੰ ਇਸ ਚੀਜ਼ ਦਾ ਕੋਈ ਅਹਿਸਾਸ ਹੋਇਆ ਕਿ ਉਸ ਵੱਲੋਂ ਇਸ ਤਰੀਕੇ ਦੀ ਵੀ ਕੋਈ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ। ਪਰਿਵਾਰ ਫਿਲਹਾਲ ਦੁੱਖ ਦੇ ਵਿੱਚ ਡੁੱਬਿਆ ਹੋਇਆ, ਪਰ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਤਾਂ ਇਹ ਬਿਲਕੁਲ ਜਿਹੜੀ ਤਸਵੀਰ ਦੇ ਵਿੱਚ ਅਸੀਂ ਹੁਣ ਦਿਖਾ ਰਹੇ ਹਾਂ ਇਹ ਅੰਮ੍ਰਿਤਪਾਲ ਸਿੰਘ ਦੀ ਪਤਨੀ ਹੈ ਜਿਨ੍ਹਾਂ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ, ਔਰ ਜਿਸ ਤਰੀਕੇ ਦੇ ਨਾਲ ਜਿਹਦੇ ਜਿਹਦੇ ਕੋਲ ਵੀ ਇਹ ਖਬਰ ਪਹੁੰਚੀ ਤਾਂ ਹਰ ਕੋਈ ਹੈਰਾਨ ਹੋਇਆ। ਅਸੀਂ ਗੱਲਬਾਤ ਜ਼ਰੂਰ ਪਰਿਵਾਰਕ ਮੈਂਬਰਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਹਰ ਕੋਈ ਦੁੱਖ ਦੇ ਵਿੱਚ ਡੁੱਬਿਆ ਹੋਇਆ, ਗਮ ਦੇ ਵਿੱਚ ਡੁੱਬਿਆ ਹੋਇਆ। ਤਾਂ ਗੱਲਬਾਤ ਕਰਨ ਦੇ ਅਸੀਂ ਕਹਿ ਸਕਦੇ ਕਿ ਮਾਹੌਲ ਦੇ ਵਿੱਚ ਇਸ ਵੇਲੇ ਨਹੀਂ ਹੈ ਕੋਈ ਵੀ, ਪਰ ਜ਼ਰੂਰ ਜਿਸ ਤਰੀਕੇ ਦੇ ਨਾਲ DSP ਦੇ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਹੈ ਉਹ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ, ਔਰ ਇਸੇ ਗੱਲ ਨੂੰ ਲੈ ਕੇ ਹੀ ਉਹ ਪਰੇਸ਼ਾਨ ਸੀ, ਡਿਪਰੈਸ਼ਨ ਦੇ ਵਿੱਚ ਸੀ। ਪਰ ਇਹ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਾਵੇਂ ਕੋਈ ਪਰੇਸ਼ਾਨੀ ਵੀ ਸੀ ਤਾਂ ਉਸ ਮਾਸੂਮ ਬੱਚੇ ਦਾ ਜਾਂ ਉਸਦੀ ਮਾਂ ਦਾ ਇਸ ਦੇ ਵਿੱਚ ਕੀ ਕਸੂਰ ਸੀ ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜੋ ਹੈ ਕਤਲ ਕਰ ਦਿੱਤਾ ਗਿਆ। ਤਾਂ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਉਸੇ ਪਿੰਡ ਦੀਆਂ। ਇਹ ਕੰਧੋ ਵਾਲੀਆ ਪਿੰਡ ਹੈ ਜਿੱਥੇ ਇਹ ਪਰਿਵਾਰ ਬੜੇ ਪਿਆਰ ਦੇ ਨਾਲ ਔਰ ਮਿਲ ਜੁਲ ਕੇ ਰਹਿ ਰਿਹਾ ਸੀ ਪਿਛਲੇ ਕਈ ਸਾਲਾਂ ਤੋਂ, ਔਰ ਆਸ ਪਾਸ ਦੇ ਲੋਕਾਂ ਦੇ ਮੁਤਾਬਕ ਵੀ ਜੋ ਅੰਮ੍ਰਿਤਪਾਲ ਹੈ ਉਸਦਾ ਸੁਭਾਅ ਜਿਹੜਾ ਉਹ ਬਹੁਤ ਵਧੀਆ ਦੱਸਿਆ ਜਾ ਰਿਹਾ ਸੀ, ਪਰ ਕਾਰਨ ਕੀ ਬਣਿਆ ਇਹ ਹਰ ਕੋਈ ਜਾਣਨਾ ਚਾਹੁੰਦਾ, ਔਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਾਂਚ ਤੋਂ ਬਾਅਦ ਇਹ ਸਪਸ਼ਟ ਕੀਤਾ ਜਾਏਗਾ ਕਿ ਆਖਿਰਕਾਰ ਅਸਲ ਵਜ੍ਹਾ ਜਿਹੜੀ ਹੈ ਉਹ ਕੀ ਸੀ। ਤਾਂ ਪਰਿਵਾਰ ਦੇ ਜਿਹੜੇ ਮੈਂਬਰਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਛੋਟੇ ਬੱਚੇ ਦੀ ਜਿਹੜੀ ਤਸਵੀਰ ਹੈ ਉਹ ਵੀ ਅਸੀਂ ਦਿਖਾਵਾਂਗੇ। ਇੱਕ ਗੱਲ ਦੱਸੋ ਕਿ ਅੰਮ੍ਰਿਤਪਾਲ ਸਿੰਘ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ, ਕਿਉਂਕਿ ਹਰ ਕੋਈ ਹੈਰਾਨ ਹੈ ਕਿ ਆਖਿਰ ਜਾਣਦੀ ਮੈਂ ਜਾਣਦੀ ਨਹੀਂ ਉਹਨਾਂ ਨੂੰ। ਇਹ ਤੁਹਾਡੇ ਕੀ ਲੱਗਦਾ ਸੀ ਬੱਚੇ? ਇਹ ਮੇਰੇ ਮਾਸੀ ਦਾ ਬੇਟਾ ਸੀ। ਤਾਂ ਅਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਛੋਟਾ ਬੱਚਾ ਹੈ ਉਹਦੀ ਤਸਵੀਰ ਅਸੀਂ ਦਿਖਾਵਾਂਗੇ ਮਾਸੂਮ। ਤਾਂ ਇਹ ਵੀ ਕਿਹਾ ਜਾ ਰਿਹਾ ਕਿ 2 ਦਿਨ ਪਹਿਲਾਂ ਹੀ ਇਹਦੀ ਐਡਮਿਸ਼ਨ ਕਰਵਾਈ ਸੀ ਸਕੂਲ ਦੇ ਵਿੱਚ। ਤਾਂ ਇਹ ਜਿਹੜੀ ਤਸਵੀਰ ਮੈਂ ਦਿਖਾ ਰਿਹਾ ਇਹ ਫਸਟ ਡੇ ਜਿਸ ਦਿਨ ਬੱਚਾ ਸਕੂਲ ਜਾਂਦਾ ਉਸ ਦਿਨ ਦੀ ਤਸਵੀਰ ਹੈ। ਤਾਂ ਇਸੇ ਕਰਕੇ ਹਰ ਕੋਈ ਹੈਰਾਨ ਵੀ ਹੋ ਰਿਹਾ, ਔਰ ਹਰ ਕਿਸੇ ਜਿੱਦੋਂ ਵੀ ਇਸ ਗੱਲ ਬਾਰੇ ਪਤਾ ਲੱਗਦਾ ਉਸਦੇ ਪੈਰਾਂ ਹੇਠੋਂ ਇੱਕ ਵਾਰ ਜ਼ਮੀਨ ਜ਼ਰੂਰ ਖਿਸਕ ਜਾਂਦੀ ਹੈ। ਰੋ ਰੋ ਕੇ ਸਾਰੇ ਪਰਿਵਾਰ ਦਾ ਬੁਰਾ ਹਾਲ ਹੈ, ਔਰ ਇਹ ਉਹ ਛੋਟਾ ਬੱਚਾ ਹੈ ਜਿਸ ਨੂੰ ਕਿ ਸਕੂਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ 2 ਦਿਨ, ਔਰ ਇਹ ਉਸਦੀ ਉਹ ਤਸਵੀਰ ਹੈ ਜਿਸ ਦਿਨ ਪਹਿਲੇ ਦਿਨ ਉਹ ਸਕੂਲ ਜਾਂਦਾ ਹੈ। ਤਾਂ ਬੜਾ ਹੈਰਾਨ ਕਰਨ ਵਾਲਾ ਇਹ ਪੂਰਾ ਮਾਮਲਾ ਜਿਹੜਾ ਸਾਹਮਣੇ ਆਇਆ, ਬੜਾ ਹੈਰਾਨੀਜਨਕ ਅਸੀਂ ਕਹਿ ਸਕਦੇ ਹਾਂ। ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਇਸ ਕਮਰੇ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਇਸ ਕਮਰੇ ਦੇ ਵਿੱਚ ਭਾਈ ਸਾਹਿਬ ਇੱਥੇ ਕੌਣ ਕੌਣ ਸੀ ਜਿਵੇਂ ਖੂਨ ਦੇ ਨਿਸ਼ਾਨ ਨਜ਼ਰ ਆ ਰਹੇ? ਤਾਂ ਅਸੀਂ ਮੈਮ ਇੱਕ ਚੀਜ਼ ਦੱਸੋ, ਅੰਮ੍ਰਿਤਪਾਲ ਤੁਸੀਂ ਕੀ ਲੱਗਦੇ ਉਹਨਾਂ ਦੇ? ਅੰਮ੍ਰਿਤਪਾਲ ਤੇ ਮੇਰਾ ਅੰਮ੍ਰਿਤਪਾਲ ਮੇਰੀ ਸਿਸਟਰ ਦਾ ਡੇਟ ਸੀ।
ਜਿਹੜੀ ਸਿਸਟਰ ਦਾ ਹੋਇਆ ਉਹਦਾ, ਤੁਹਾਡੇ ਸਿਸਟਰ ਦਾ ਜਿਨ੍ਹਾਂ ਦਾ ਕਤਲ ਕੀਤਾ। ਹਾਂਜੀ ਹਾਂਜੀ। ਜਿਸ ਤਰ੍ਹਾਂ ਹੁਣ ਪੁਲਿਸ ਕਹਿ ਰਹੀ ਹੈ ਕਿ ਪਰਿਵਾਰਕ ਜਿਹੜਾ ਉਹਦੀ ਪਤਨੀ ਛੱਡ ਕੇ ਚਲੀ ਗਈ ਸੀ ਉਸ ਕਰਕੇ ਉਹ ਪਰੇਸ਼ਾਨ ਸੀ, ਇੱਕ ਨਸ਼ੇ ਦੀ ਵੀ ਗੱਲ ਕਹੀ ਜਾ ਰਹੀ ਹੈ, ਤੁਹਾਨੂੰ ਹੁਣ ਤੱਕ ਕੀ ਪਤਾ ਲੱਗਾ ਕਿ ਕਿਉਂ ਇਹ ਸਭ ਕੁਝ ਕੀਤਾ? ਵੇਖੋ ਜੀ, ਜਦੋਂ ਮੇਰੀ ਆਪਾਂ ਇਹਦਾ ਵਿਆਹ ਕੀਤਾ, ਅਵਰੀਤ ਦਾ ਵਿਆਹ ਕੀਤਾ, ਉਹ ਉਸ ਦਿਨ ਹੀ ਇਹ ਜੋਬ ਛੱਡ ਕੇ ਆ ਗਿਆ। ਉੱਥੇ ਕੋਈ ਕਰੈਕਟਰ ਦਾ ਇਸ਼ੂ, ਕੋਈ ਕੰਮ ਕਰਦਾ ਨਸ਼ੇ, ਏਅਰਪੋਰਟ ਤੇ ਲੱਗਾ ਸੀ, ਦੋਵੇਂ ਭਰਾ ਏਅਰਪੋਰਟ ਤੇ ਲੱਗੇ ਆ। ਉਹ ਮਤਲਬ ਕਿ ਉਹ ਉਦੋਂ ਦੀ ਜੋਬ ਕਰ ਰਿਹਾ, ਛੋਟਾ ਉਦੋਂ ਦੀ ਜੋਬ ਕਰ ਰਿਹਾ, ਇਹ ਉਦੋਂ ਦਾ ਹੀ ਜੋਬ ਲੈਸ ਆ, ਇਹ ਉਦੋਂ ਦਾ ਹੀ ਨਹੀਂ ਕੁਛ ਕਰ ਰਿਹਾ, ਉਦੋਂ ਦਾ ਹੀ ਮਾਂ ਪਿਓ ਦੇ ਟੁਕੜੇ ਤੇ ਪਲ ਰਿਹਾ ਵਾ ਉਦੋਂ, ਤੇ ਹੁਣ ਇਹਨੂੰ ਕੀ? ਭੈਣ ਨੂੰ ਵੀ ਪਰੇਸ਼ਾਨ ਕਰਦਾ ਸੀ? ਨਹੀਂ, ਉਹ ਤੇ ਚਲੋ ਕਿਤੇ ਪੇਕੇ ਰਹਿ ਲਈ, ਕਦੀ ਇੱਥੇ ਰਹਿ ਗਈ। ਉਹ ਬਹੁਤ ਮਸਤ ਰਹਿੰਦੇ ਸੀ, ਦੋਵੇਂ ਜੀ ਬਹੁਤ ਮਸਤ ਰਹਿੰਦੇ ਸੀ। ਉਹ ਕਹਿੰਦੇ ਸੀ ਆਪਾਂ ਇਹਨਾਂ ਨਾਲ ਕੋਈ ਮਤਲਬ ਕਿ ਇਹਨਾਂ ਦੇ ਵਿੱਚ ਦਖਲ ਅੰਦਾਜ਼ੀ ਕੋਈ ਨਹੀਂ ਕਰਨੀ, ਇਹਨਾਂ ਦਾ ਮਾਂ ਪਿਓ ਇਹਨਾਂ ਨੂੰ ਜਿੰਨਾ ਮਰਜ਼ੀ ਕੋਈ ਖਵਾਉਂਦਾ ਕੋਈ ਕੁਛ ਕਰਦਾ ਵਾ, ਅਸੀਂ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ। ਮਾਂ ਪਿਓ ਇਹਨੂੰ ਖਵਾਉਂਦਾ ਖਵਾਉਂਦਾ ਰਵੇ, ਉਹ ਕਹਿੰਦੇ ਅਸੀਂ ਆਪਣੀ ਕਮਾਈ ਦੇ ਆਪਣੇ ਬੱਚੇ ਨੂੰ ਪਾਲਣਾ ਵਾ। ਮਾਸੂਮ ਬੱਚੇ ਦਾ ਕੀ ਕਸੂਰ ਸੀ ਵਿਚਾਰੇ ਦਾ, ਜਿਸ ਤਰ੍ਹਾਂ ਹੁਣ ਫੋਟੋਆਂ ਅਸੀਂ ਦੇਖ ਰਹੇ ਹਾਂ? ਇਹ ਕਸੂਰ ਹੀ ਕਿ ਉਹਦਾ ਫਿਊਚਰ ਕਿਉਂ ਵਧੀਆ ਹੋ ਰਿਹਾ, ਇਹਨਾਂ ਦੇ ਘਰ ਪੁੱਤ ਹੋ ਗਿਆ, ਮੇਰੇ ਘਰ ਦੋ ਧੀਆਂ ਕਿਉਂ ਆ, ਇਹਦੇ ਘਰ ਪੁੱਤ ਵੀ ਆਉਂਦਿਆਂ ਹੋ ਗਿਆ ਵਾ, ਇਹਦਾ ਫਿਊਚਰ ਹੁਣ ਉਹਨੇ ਕੈਂਬਰਿਜ ਸਕੂਲ ਵਿੱਚ ਵਧੀਆ ਪਾਇਆ, ਕਿਉਂਕਿ ਉਹਦਾ ਫਾਦਰ ਕਹਿ ਰਿਹਾ ਸੀ ਮੈਂ ਆਪਣੇ ਸਿਰ ਤੇ ਆਪਣੇ, ਕਿਉਂਕਿ ਬੱਚਾ ਜਿਸ ਦਿਨ ਸਕੂਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉਸ ਤੋਂ ਬਾਅਦ ਹੀ ਸ਼ਾਇਦ ਉਹਦੇ ਦਿਮਾਗ ਦੇ ਵਿੱਚ ਇਹ ਗੱਲਾਂ, ਉਦੋਂ ਤੋਂ ਬਾਅਦ ਉਹ ਕਲੇਸ਼ ਬਹੁਤ ਜ਼ਿਆਦਾ ਵੱਧ ਜਾਂਦਾ ਉਸ ਦਿਨ ਦੇ ਤੇ। ਮਾਂ ਪਿਓ ਨੂੰ ਰੋਜ਼ ਹੀ ਉਹਨੂੰ ਕੁੱਟ ਰਿਹਾ ਹੈ ਤੇ ਰੋਜ਼ ਹੀ ਉਹਦੇ ਕੋਲ ਪੈਸੇ ਮੰਗ ਰਿਹਾ ਹੈ। ਕਿ ਫਿਰ ਉਹਦੀ ਵਾਈਫ ਨੇ ਵੀ, ਜਿਹੜੀ ਦੂਜੀ ਬੇਟੀ ਇੱਥੇ ਰਹਿ ਰਹੀ ਆ, ਇੱਕ ਬੇਟੀ ਇੱਥੇ ਰਹਿ ਰਹੀ ਆ, ਤੇ ਉਹਨੂੰ ਵੀ ਉਹ ਨਾਲ ਲੈ ਜਾਂਦੀ, ਜਾਂ ਮੇਰੇ ਬੱਚੇ ਨੂੰ ਵੀ ਇੱਥੇ ਐਗਰੀਮੈਂਟ ਕਰੋ ਕਿ ਮੇਰੇ ਬੱਚੇ ਨੂੰ ਵੀ ਉਸ ਸਕੂਲ ਪਾਓ, ਨਹੀਂ ਤੇ ਮੈਨੂੰ ਤਲਾਕ ਦੇ ਦਿਓ। ਮੈਂ ਉਹ ਦੂਜੀ ਬੱਚੀ ਨੂੰ ਵੀ ਲੈ ਜਾਂਦੀ ਆ, ਉਹ ਉਸ ਦਿਨ ਉਹਨੂੰ ਵੀ ਲੈ ਗਈ ਜਿਸ ਦਿਨ ਇਹਦੀ ਐਡਮਿਸ਼ਨ ਹੋਈ। ਜਿਹੜਾ ਮਸਲਾ ਧੀਆਂ ਔਰ ਪੁੱਤ ਨੂੰ ਲੈ ਕੇ, ਪਰ ਬੜੀ ਸਮਾਜ ਸਾਡਾ ਕਿੱਥੇ ਪਹੁੰਚ ਗਿਆ ਅੱਜ ਵੀ ਲੋਕ ਇਹਨਾਂ ਗੱਲਾਂ ਦੇ? ਨਹੀਂ, 1% ਤੇ ਇਹ ਹੈ ਕਿ ਧੀਆਂ ਤੇ ਪੁੱਤ ਨੂੰ ਲੈ ਕੇ, ਦੂਜੀ ਕਾਰਨ ਇਹ ਹੈ ਕਿ ਉਹਨੂੰ ਉਹਦਾ ਫਿਊਚਰ ਵਧੀਆ ਹੋ ਗਿਆ, ਉਹਨੂੰ ਕੈਂਬਰਿਜ ਸਕੂਲ ਵਿੱਚ ਪਾਇਆ ਗਿਆ ਤੇ ਮੇਰੇ ਬੱਚੇ ਜਿਹੜੇ ਆ ਲੋਕਲ ਸਕੂਲ ਪਾਏ ਗਏ, ਜਦ ਕਿ ਉਹ ਮਦਰ ਨੇ ਹੀ ਪਾਉਣੇ ਹੁੰਦੇ। ਉਹ ਮਦਰ ਪਹਿਲਾਂ ਸਟੈਂਡ ਲੈਂਦੀ, ਉਹਦਾ ਵਿਆਹ 4 ਸਾਲ ਪਹਿਲਾਂ ਹੋਇਆ ਵਾ, 4 ਸਾਲ ਨਹੀਂ ਉਹਦਾ, 10 ਸਾਲ ਮਾਂ ਦੇ ਨਾਲ ਇਸ ਗੱਲ ਨੂੰ ਲੈ ਕੇ ਗੁੱਸਾ ਸੀ ਕਿ ਉਸ ਬੱਚੇ ਨੂੰ ਤੁਸੀਂ ਵਧੀਆ ਸਕੂਲ ਚ ਪਾਤਾ। ਮਾਂ ਪਿਓ ਨੇ ਨਹੀਂ ਪਾਇਆ, ਉਹਨੂੰ ਮੈਂ ਪਾਇਆ, ਕਿਉਂਕਿ ਮੇਰੇ ਉਹ ਜ਼ਿਆਦਾ ਕਲੋਜ਼ ਸੀ ਉਧਰੋਂ ਉਹ, ਕਿਉਂਕਿ ਉਹਦਾ ਫਾਦਰ ਮੈਨੂੰ ਫੋਨ ਕੀਤਾ ਵੀ ਮੈਂ ਦੀਦੀ ਉਹਨੂੰ ਵਧੀਆ ਸਕੂਲ ਪਾਉਣਾ ਵਾ, ਤੁਸੀਂ ਸਾਡੀ ਹੈਲਪ ਕਰੋ। ਫਿਰ ਮੈਂ ਉਹਨੂੰ ਕਿਉਂਕਿ ਉਹਦੀ ਭੈਣ ਉਧਰੋਂ ਵੀ ਆ ਰਹੀ ਸੀ ਸਾਡੇ ਪੇਕਿਆਂ ਤੋਂ, ਇਧਰੋਂ ਵੀ ਜਾ ਰਹੀ ਸੀ, ਉਹ ਕਹਿੰਦਾ ਸੀ ਮੈਂ ਆਪਣੇ ਮਾਂ ਪਿਓ ਤੇ ਕੋਈ ਬਰਡਨ ਨਹੀਂ ਪਾਉਣਾ, ਮੈਂ ਆਪਣੇ ਸਿਰ ਤੇ ਇਹਨੂੰ ਪੜਾਉਣਾ ਵਾ, ਮੈਂ ਆਪਣੇ ਕਰਨਾ ਵਾ। ਪਰ ਇਹਨੂੰ ਲੱਗ ਰਿਹਾ ਸੀ ਕਿ ਮਾਂ ਪਿਓ ਉਹਦੀ ਜ਼ਿਆਦਾ ਸਪੋਰਟ ਕਰ ਰਹੇ, ਮੇਰੀ ਨਹੀਂ ਕਰ ਰਹੇ, ਆ ਕਾਰਨ ਹੋ ਗਿਆ। ਜਿਹੜੇ ਜੀਜਾ ਜੀ ਆ ਉਹ ਦੁਬਈ ਦੇ ਵਿੱਚ ਰਹਿ ਰਹੇ? ਹਾਂਜੀ, ਉਹ ਦੁਬਈ ਦੇ ਵਿੱਚ, ਉਹ ਵੀ ਅਜੇ ਸਾਲ ਹੀ ਹੋਏ ਆ ਦੁਬਈ ਚ, ਪਹਿਲਾਂ ਉਹ ਇੱਥੇ ਵੀ ਬਹੁਤ ਵਧੀਆ ਜੋਬ ਕਰਦੇ ਸੀ, ਵਧੀਆ ਕਰਦੇ ਸੀ। ਖਬਰ ਜਿਹਦੇ ਤੱਕ ਵੀ ਪਹੁੰਚਦੀ ਹੈ ਭਾਵੇਂ ਉਹ ਕਿਤੇ ਵੀ ਰਹਿ ਰਿਹਾ, ਉਹਦੇ ਪੈਰਾਂ ਹੇਠੋਂ ਇੱਕ ਵਾਰ ਜ਼ਮੀਨ ਜ਼ਰੂਰ ਖਿਸਕਦੀ, ਪਰ ਤੁਹਾਨੂੰ ਜਦੋਂ ਪਤਾ ਲੱਗਾ ਤੁਹਾਡੇ ਤੇ ਕੀ ਬੀਤੀ ਉਸ ਵੇਲੇ? ਵੇਖੋ ਜੀ, ਮੈਂ ਤੇ ਪਹਿਲਾਂ ਤੇ ਕੋਈ ਅੱਧਾ ਘੰਟਾ ਮੰਜੀ ਤੇ ਡਿੱਗੀ ਰਹੀ ਕਿ ਮੈਂ ਨਹੀਂ ਫੋਨ ਸੁਣਨਾ, ਇਹ ਹੋ ਹੀ ਨਹੀਂ ਸਕਦਾ, ਇਹ ਹੋ ਨਹੀਂ ਸਕਦਾ, ਇਹ ਨਹੀਂ ਹੋ ਸਕਦਾ, ਚੀਕਾਂ ਮਾਰੀਆਂ, ਇਹ ਹੋ ਹੀ ਨਹੀਂ ਸਕਦਾ। ਫਿਰ ਕੀ ਫਿਰ ਉਹੀ ਗੱਲ ਕਿ ਹੌਸਲਾ ਕਰਕੇ ਆਉਣਾ ਪੈਣਾ ਸੀ, ਮੈਂ ਵੇਖਾਂ ਜਾ ਕੇ ਆ ਗੱਲ ਸੱਚੀ ਆ ਕਿ ਝੂਠ ਆ। ਪਰ ਜਦੋਂ ਇੱਥੇ ਆ ਕੇ ਮੇਰੇ ਕੋਲ ਵੇਖਿਆ ਨਹੀਂ ਗਿਆ, ਮੇਰੇ ਪਹਿਲਾਂ ਤੇ ਆਪਣੀ ਇੱਥੇ ਵੀ ਅੱਧਾ ਘੰਟਾ ਪਹਿਲਾਂ ਮੈਂ ਵੇਖਣ ਨੂੰ ਜੀ ਨਹੀਂ ਕੀਤਾ, ਫਿਰ ਮੈਂ ਹੌਸਲੇ ਨਾਲ ਉਹਨੂੰ ਵੇਖਿਆ, ਫਿਰ ਉਸ ਤੋਂ ਬਾਅਦ ਬੜਾ ਚਿਰ ਬਾਅਦ ਆ ਹੌਸਲਾ ਕਰਕੇ ਅੱਧਾ ਘੰਟਾ ਬਾਅਦ ਆ ਮੈਂ ਆਪਣੇ ਭਨੇਵੇਂ ਨੂੰ ਵੇਖਿਆ ਜਿਹੜਾ ਵੇਖਿਆ ਨਹੀਂ ਜਾਂਦਾ। ਜਿਹੜੇ ਬੱਚੇ ਨੂੰ ਗੋਦੀ 'ਚ ਤੁਸੀਂ ਖਿਡਾਉਂਦੇ ਰਹੇ, ਅੱਜ ਉਹਦੀ ਲਾਸ਼ ਇਸ ਤਰੀਕੇ ਦੇ ਨਾਲ ਵੇਖ ਕੇ ਹਰ ਕੋਈ ਦੁਖੀ ਹੈ, ਪਰ ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਣਨੀ ਚਾਹੁੰਦਾ ਕਿ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਕੋਈ ਨਸ਼ਾ ਵੀ ਕਰਦਾ ਸੀ, ਕਿਉਂਕਿ ਪੁਲਿਸ ਕਹਿ ਰਹੀ ਕਿ ਉਹ ਡਿਪਰੈਸ਼ਨ ਦੇ ਵਿੱਚ ਸੀ। ਨਹੀਂ, ਉਹ ਨਸ਼ਾ ਕਰ ਰਿਹਾ ਸੀ, ਇਸ ਕਰਕੇ ਉਹਨੂੰ ਜੋਬ ਤੋਂ ਕੱਢਿਆ ਗਿਆ ਸੀ।
ਤੇ ਨਸ਼ਾ ਉਹ ਉਦੋਂ ਦਾ ਹੀ ਕਰ ਰਿਹਾ ਸੀ ਜਿਹੜਾ ਮਾਂ ਪਿਓ ਨੇ ਧਿਆਨ ਨਹੀਂ ਦਿੱਤਾ, ਮਾਂ ਪਿਓ ਨੂੰ ਗੁੱਟ ਘਟਾਪਾ ਵੀ ਕਰ ਰਿਹਾ, ਮਾਂ ਪਿਓ ਨੇ ਧਿਆਨ ਨਹੀਂ ਦਿੱਤਾ ਉਹਨੂੰ, ਉਦੋਂ ਦਾ ਹੀ ਉਹਦਾ ਇਲਾਜ ਕਰ ਲੈਣਾ ਚਾਹੀਦਾ ਸੀ ਤੇ ਅੱਜ ਨੂੰ। ਪਰ ਆਪਣੀ ਸਕੀ ਮਾਂ ਦਾ ਕਤਲ ਕਰਨਾ ਇਹ ਵੀ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਹੜੀ ਮਾਂ ਨੇ ਪੁੱਤ ਨੂੰ ਜਨਮ ਦਿੱਤਾ ਉਸਦਾ ਹੀ ਕਤਲ ਕਰ ਦਿੱਤਾ। ਡਿਪਰੈਸ਼ਨ ਵੀ ਹੋਊਗਾ ਤੇ ਦੂਜਾ ਮਾਂ ਨੂੰ ਵੀ ਪਤਾ ਹੀ ਨਾ ਕਿ ਇਹ ਮੇਰਾ ਮੁੰਡਾ ਨਸ਼ੇ ਕਰ ਰਿਹਾ ਤੇ ਕੁਛ ਵੀ ਕਰ ਸਕਦਾ। ਮਾਂ ਉਹਦੀ ਸਪੋਰਟ ਕਰਦੀ, ਮਦਰ ਉਹਦੀ ਸਪੋਰਟ ਕਰਦੀ। ਵੇਖੋ ਜੀ, ਜੇਕਰ ਮਾਂ ਪਿਓ ਉਹਨੂੰ ਪਾਲ ਰਿਹਾ ਏ, ਪੈਸੇ ਦੇ ਰਿਹਾ ਉਹਨੂੰ ਨਸ਼ੇ ਕਰਨ ਲਈ, ਪਤਾ ਉਹ ਨਸ਼ੇ ਕਰਦਾ, ਉਹ ਨਸ਼ੇ ਕਰਨ ਲਈ ਪੈਸੇ ਦੇ ਰਿਹਾ ਵਾ, ਤੇ ਫਿਰ ਸਪੋਰਟ ਹੀ ਹੋ ਗਈ। ਹੁਣ ਮਦਰ ਤੇ ਵੀ ਜਾਣ ਗਈ ਆ। ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਕਿ ਜਿਸ ਸ਼ਖਸ ਵੱਲੋਂ ਪੂਰੇ ਤਿੰਨ ਜੀਆਂ ਦਾ ਕਤਲ ਕੀਤਾ ਗਿਆ ਉਹਦੇ ਖਿਲਾਫ ਕਿੱਦਾਂ ਦੀ ਕਾਰਵਾਈ ਹੋਵੇ? ਸਖ਼ਤ ਤੋਂ ਸਖ਼ਤੀ ਫਾਂਸੀ ਦੀ ਜਗ੍ਹਾ ਫਾਂਸੀ ਉਹਦੀ ਫਾਂਸੀ ਹੀ ਹੋਣੀ ਚਾਹੀਦੀ ਆ। ਉਹ ਵੀ ਛੇਤੀ ਤੋਂ ਛੇਤੀ ਉਹਨੂੰ ਫਾਂਸੀ ਹੋਣੀ ਚਾਹੀਦੀ ਆ, ਕਿਉਂਕਿ ਉਹ ਦੁਨੀਆਂ ਤੇ ਆਉਣਾ ਨਹੀਂ ਚਾਹੀਦਾ ਨਜ਼ਰ। ਪੂਰੇ ਸਮਾਜ ਵਾਸਤੇ ਇੱਕ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਉਹਨੂੰ ਫਾਂਸੀ ਦੁਨੀਆਂ ਦੇ ਸਾਹਮਣੇ ਦਿੱਤੀ ਜਾਵੇ, ਪਬਲਿਕ ਦੇ ਸਾਹਮਣੇ ਦਿੱਤੀ ਜਾਵੇ, ਤਾਂ ਕਿ ਮੁੜ ਕੇ ਕੋਈ ਹੋਰ ਕੋਈ ਇਹੋ ਜਿਹਾ ਕਦਮ ਨਾ ਚੁੱਕੇ। ਬਿਲਕੁਲ, ਬੜਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਇੱਕ ਪਾਸੇ ਤਾਂ ਉਹ ਮਾਂ ਜਿਸਨੇ ਉਸਨੂੰ ਜਨਮ ਦਿੱਤਾ, ਦੂਜੇ ਪਾਸੇ ਉਹ ਮਾਂ ਜਿਸਦਾ ਬੱਚਾ ਹਾਲੇ ਮਹਿਜ਼ 3 ਸਾਲ ਦਾ ਸੀ ਔਰ 2 ਦਿਨ ਪਹਿਲਾਂ ਉਸਨੂੰ ਸਕੂਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਔਰ ਉਸਦਾ ਇੱਕ ਵਧੀਆ ਭਵਿੱਖ ਸੋਚ ਕੇ ਪਰਿਵਾਰ ਨੇ ਇਹ ਫੈਸਲਾ ਲਿਆ ਸੀ, ਪਰ ਅੰਮ੍ਰਿਤਪਾਲ ਨੂੰ ਸ਼ਾਇਦ ਉਸਦਾ ਬਿਹਤਰ ਭਵਿੱਖ ਕਿਤੇ ਨਾ ਕਿਤੇ ਤੰਗ ਕਰ ਰਿਹਾ ਸੀ। ਜੋ ਹੁਣ ਤੱਕ ਗੱਲਬਾਤ ਦੇ ਵਿੱਚ ਸਾਹਮਣੇ ਆਇਆ ਤਾਂ 2 ਧੀਆਂ ਸੀ ਉਸਦੀਆਂ, ਪਰ ਸਾਡੇ ਸਮਾਜ ਦੇ ਵਿੱਚ ਅੱਜ ਵੀ ਧੀਆਂ ਔਰ ਪੁੱਤਰਾਂ ਦੇ ਵਿੱਚ ਜਿਹੜਾ ਫਰਕ ਹੈ ਉਸ ਨੂੰ ਲੈ ਕੇ ਬਹੁਤ ਸਾਰੇ ਹੁਣ ਤੱਕ ਮਾਮਲੇ ਸਾਹਮਣੇ ਆਉਂਦੇ ਰਹੇ ਨੇ, ਪਰ ਕਿਤੇ ਨਾ ਕਿਤੇ ਜਾਗਰੂਕ ਹੋਣ ਦੀ ਲੋੜ ਹੈ। ਪਰ ਇਸ ਮਾਮਲੇ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਇਸ ਖਬਰ ਬਾਰੇ ਮੈਂ ਭਾਵੇਂ ਜਾਣਕਾਰੀ ਸਾਂਝੀ ਕਰ ਰਿਹਾ ਪਰ ਮੇਰੇ ਵੀ ਇਸ ਵੇਲੇ ਮਨ ਦੇ ਵਿੱਚ ਦੁੱਖ ਹੈ, ਕਿਉਂਕਿ ਇੱਕ ਛੋਟਾ ਬੱਚਾ, ਹਰ ਪਰਿਵਾਰ ਦੇ ਵਿੱਚ ਬੱਚਿਆਂ ਦੇ ਨਾਲ ਹਰ ਕਿਸੇ ਦਾ ਪਿਆਰ ਹੁੰਦਾ, ਪਰ ਜਿਸ ਬੇਰਹਿਮੀ ਦੇ ਨਾਲ ਇਸ ਪੂਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਉਸਦੀ ਜਿਹੜੇ ਪਿੱਛੇ ਵਜ੍ਹਾ ਦੱਸੀ ਜਾ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਕਾਫੀ ਹੈਰਾਨ ਕਰਨ ਵਾਲੀ ਹੈ।